ਹਾਂਜੀ ਸਤਿ ਸ਼੍ਰੀ ਅਕਾਲ ਦਾ ਕਲਾਸਿਕ ਕਲੈਕਸ਼ਨ ਲੈਰਾ ਗਾਗਾ ਵੱਲੋਂ ਤੁਹਾਡਾ ਸਭ ਦਾ ਸਵਾਗਤ ਹੈ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮੋਂਗੇ ਤੇ ਅੱਜ ਆਪਾਂ ਚੱਲੇ ਆਂ ਜੀ ਆਪਣੇ ਬੁਟੀਕ ਦੇ ਲਈ ਐਮਬੋਇਡਰੀ ਮਸ਼ੀਨ ਊਸ਼ਾ 550 E ਪਰਚੇਸ ਕਰਨ ਦੇ ਲਈ ਆਪਾਂ ਇਹ ਮਸ਼ੀਨ ਕਿੱਥੋਂ ਲਈ ਆ ਕੀ ਇਸ ਦੀ ਕੀਮਤ ਆ ਕੀ ਇਸ ਦੇ ਫਾਇਦੇ ਆ ਕਿੰਨੀ ਇਸ ਦੀ ਇਨਕਮ ਆ ਕਿਵੇਂ ਇਹ ਕੰਮ ਕਰਦੀ ਆ ਤੁਹਾਨੂੰ ਸਾਰਾ ਦੱਸਾਂਗੇ ਪਲੀਜ਼ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਠੀਕ ਹੈ ਜੀ ਕਿੰਨਾ ਭੈਣਾਂ ਨੂੰ ਇਹ ਖਰੀਦਣੀ ਚਾਹੀਦੀ ਹੈ ਕਿਹਨਾਂ ਨੂੰ ਨਹੀਂ ਖਰੀਦਣੀ ਚਾਹੀਦੀ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਪਲੀਜ਼ ਵੀਡੀਓ ਦੇ ਅੰਤ ਤੱਕ ਜਰੂਰ ਬਣੇ ਰਹੋ ਜੀ ਆਪਾਂ ਲਹਿਰੇਗਾ ਅੱਗੇ ਤੋਂ ਚੱਲੇ ਜੀ ਮੋਹਾਲੀ ਪਹੁੰਚੇ ਤੇ ਆਪਾਂ ਸਭ ਤੋਂ ਪਹਿਲਾਂ ਜਾਣਾ ਜੀ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਪਾਰਸ਼ਾਹੀ ਦਸਵੀਂ ਜੋ ਕਿ ਪੰਚਕੁਲਾ ਵਿਖੇ ਹੈ ਆਪਾਂ ਸਭ ਤੋਂ ਪਹਿਲਾਂ ਜਾ ਕੇ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਦੀਦਾਰੇ ਕੀਤੇ ਜੀ ਕਿਉਂਕਿ ਕੋਈ ਵੀ ਸ਼ੁਭ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਮਾਤਮਾ ਦਾ ਆਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਹੈ ਤਾਂ ਆਪਾਂ ਸਭ ਤੋਂ ਪਹਿਲਾਂ ਜਾ ਕੇ ਵਹਿਗੁਰੂ ਜੀ ਦਾ ਆਸ਼ੀ ਇਹ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਤੁਸੀਂ ਦੇਖ ਰਹੇ ਹੋ ਜੀ ਜੋ ਕਿ ਪੰਚਕੁਲਾ ਵਿਖੇ ਹੈ ਬਹੁਤ ਹੀ ਵਧੀਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਪਾਰਸ਼ਾਈ 10ਵੀਂ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਨਾਂ ਤੇ ਤੇ ਹੁਣ ਆਪਾਂ ਵਾਪਿਸ ਚੱਲੇ ਆ ਜੀ ਪੰਚਕੁਲੇ ਤੋਂ ਵਾਪਿਸ ਮੋਹਾਲੀ ਵੱਲ ਆ ਰਹੇ ਆ ਤੁਸੀਂ ਇਹ ਲੇਖ ਦੇਖ ਰਹੇ ਹੋ ਹੁਣ ਆਪਾਂ ਪਹੁੰਚ ਗਏ ਆ ਜੀ ਮੋਹਾਲੀ ਸ਼ਰਮਾ ਇਲੈਕਟ੍ਰੋਨਿਕਸ ਜਿੱਥੋਂ ਕਿ ਆਪਾਂ ਨੇ ਇਹ ਵਾਲੀ ਮਸ਼ੀਨ ਪਰਚੇਜ਼ ਕਰੀ ਅੱਜ ਇਸ ਮਸ਼ੀਨ ਦੀ ਜੋ ਕੀਮਤ ਸੀ ਜੀ ਅੱਜ ਦਾ ਰੇਟ ਹੈਗਾ ਸੀ 1,44,550 ਰੁਪਏ ਤੇ ਇਸ ਦੇ ਨਾਲ ਇਹ ਜੋ ਉੱਪਰ ਪ੍ਰੈਸ ਤੁਸੀਂ ਦੇਖ ਰਹੇ ਹੋ 10 ਤੋਂ 11000 ਦੀ ਕੀਮਤ ਦੀ ਪ੍ਰੈਸ ਹੈ ਜੋ ਇਹਦੇ ਨਾਲ ਫ੍ਰੀ ਮਿਲਦੀ ਹੈ ਜੀ ਜਿਹੜੀਆਂ ਵੀ ਪਹਿਣਾ ਲੈਣਾ ਚਾਹੁੰਦੀਆਂ ਨੇ ਇਹ ਵਾਲੀ ਮਸ਼ੀਨ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਮਸ਼ੀਨਾਂ ਆਉਂਦੀਆਂ ਊਸ਼ਾ ਦੇ ਵਿੱਚ ਇੱਕ ਜੋ ਹੈ ਊਸ਼ਾ 450 ਤੇ ਜੋ ਆਪਾਂ ਲੈ ਰਹੇ ਹਾਂ ਇਹ ਹੈਗੀ ਹੈ ਜੀ ਊਸ਼ਾ 550 ਆਪਾਂ ਲੈ ਕੇ ਮਸ਼ੀਨ ਬੁਟੀਕ ਤੇ ਆ ਗਏ ਹਾਂ ਤੇ ਇਸ ਦਾ ਜੋ ਫਰਕ ਹੈ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਹੈਗੀਆਂ ਦੋਨਾਂ ਹੀ ਊਸ਼ਾ ਕੰਪਨੀ ਦੀਆਂ ਨੇ ਪਰ ਇਹਦੇ ਵਿੱਚ ਫਰਕ ਕੀ ਹੈ ਫਰੇਮ ਦਾ ਫਰਕ ਹੈ ਜੀ ਜੋ ਊਸ਼ਾ 450 ਹੈ ਉਸ ਦਾ ਜੋ ਫਰੇਮ ਹੈ ਉਹ ਛੋਟਾ ਹੁੰਦਾ ਹੈ ਜੋ ਆਪਾਂ ਮਸ਼ੀਨ ਲੈ ਕੇ ਆਏ ਊਸ਼ਾ 550 ਇਹਦੇ ਵਿੱਚ ਫਰੇਮ ਵੱਡਾ ਹੁੰਦਾ ਹੈ ਇਹਦੇ ਨਾਲ ਇਹ ਹੈ ਵੀ ਆਪਾਂ ਨੂੰ ਜੋਇੰਟ ਵਾਰ-ਵਾਰ ਨਹੀਂ ਪਾਉਣਾ ਪੈਂਦਾ ਛੋਟੇ ਫਰੇਮ ਦੇ ਵਿੱਚ ਜੋਇੰਟ ਪਾਉਣ ਦੀ ਵਾਰ-ਵਾਰ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਬਾਕੀ ਐਮਬੋਇਡਰੀ ਵਗੈਰਾ ਕਿੱਦਾਂ ਕਰਦੀ ਹੈ ਤੁਹਾਡੇ ਨਾਲ ਲਗਾਤਾਰ ਜੋ ਵੀਡੀਓ ਸ਼ੇਅਰ ਕਰਦੇ ਰਵਾਂਗੇ। ਉਟਿਕ ਤੇ ਪਹੁੰਚੇ ਆਂ। ਮਸ਼ੀਨ ਨੂੰ ਓਪਨ ਕਰਕੇ ਦੇਖ ਰਹੇ ਹਾਂ ਅਜੇ ਤਾਂ ਕਿਉਂਕਿ ਸਾਨੂੰ ਵੀ ਇਸ ਬਾਰੇ ਕੋਈ ਨੌਲੇਜ ਨਹੀਂ ਆ। ਕਈ ਵਾਰ ਕੀ ਹੁੰਦਾ ਆਪਾਂ ਵੀਡੀਓਜ਼ ਦੇ ਵਿੱਚ ਦੇਖਦੇ ਆਂ ਵੀ ਜਿੰਨਾ ਚਿਰ ਤੁਹਾਨੂੰ ਨਹੀਂ ਆਉਂਦੀ ਤੁਸੀਂ ਨਾਲ ਲਓ। ਦੇਖੋ ਕੋਈ ਕੰਮ ਕਿਸੇ ਨੂੰ ਪਹਿਲਾਂ ਤੋਂ ਪਰਫੈਕਟ ਨਹੀਂ ਆਉਂਦਾ ਹੁੰਦਾ। ਜਦੋਂ ਆਪਾਂ ਕਿਸੇ ਵੀ ਕੰਮ ਦੇ ਗੋ-ਥਰੂ ਹੁੰਨੇ ਆਪਾਂ ਸਿੱਖ ਲੈਨੇ ਆਂ। ਮੈਨੂੰ ਐਮਬੋਇਡਰੀ ਬਾਰੇ ਕੁਝ ਨਹੀਂ ਪਤਾ। ਮੈਨੂੰ ਬਿਲਕੁਲ ਨਹੀਂ ਆਉਂਦੀ ਬਟ ਮੈਨੂੰ ਪਤਾ ਆਈ ਕੈਨ ਡੂ। ਮੈਂ ਮਸ਼ੀਨ ਲੈ ਪਾਪਾ ਇੱਕ ਦੋ ਦਿਨ ਦੇ ਵਿੱਚ ਸਿੱਖ ਵੀ ਜਾਵਾਂਗੇ ਤੇ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਤਿਆਰ ਵੀ ਕਰ ਲਵਾਂਗੇ ਜਿਹੜੀਆਂ ਵੀ ਭੈਣਾ ਮਸ਼ੀਨ ਲੈਣਾ ਚਾਹੁੰਦੀਆਂ ਨੇ ਤਾਂ ਤੁਸੀਂ ਆਪਣੇ ਤੋਂ ਤੁਹਾਨੂੰ ਆਪਣੇ ਤੇ ਤੇ ਆਪਣੇ ਕੰਮ ਤੇ ਵਿਸ਼ਵਾਸ ਹੋਣਾ ਚਾਹੀਦਾ ਟੈਨਸ਼ਨ ਫ੍ਰੀ ਹੋ ਕੇ ਲੈ ਸਕਦੇ ਹੋ ਵੀਰੇ ਜਦੋਂ ਵੀ ਆਪਾਂ ਕਿਸੇ ਵੀ ਕੰਮ ਦੇ ਵਿੱਚ ਪੈ ਜਾਂਦੇ ਆ ਕੰਮ ਕਰਦੇ ਆ ਤਾਂ ਆਪਣੇ ਆਪ ਹੀ ਆਪਾਂ ਨੂੰ ਆ ਜਾਂਦਾ ਡੋਂਟ ਵਰੀ ਇਹ ਸਾਰੇ ਦੇ ਪਾਰਟਸ ਨੇਗੇ ਕੁਝ ਥੋੜਾ ਜਿਹਾ ਡਿਫਰੈਂਸ ਫੀਚਰਸ ਦਾ ਵੀ ਹੁੰਦਾ 450 ਦੇ ਵਿੱਚ ਥੋੜਾ ਆਪਾਂ ਨੂੰ ਘੱਟ ਮਿਲਦਾ ਜੋ ਇਹ ਵਾਲੀ ਮਸ਼ੀਨ ਹੁੰਦੀ ਆ ਤਾਂ ਇਹਦੇ ਫੀਚਰਸ ਥੋੜੇ ਵੱਧ ਹੁੰਦੇ ਨੇ ਕਿਉਂਕਿ ਦੇਖੋ ਇਸ ਦੇ ਰੇਟ ਦਾ ਵੀ ਫਰਕ ਹੈ ਜੋ 450 ਹੈ ਉਹ ਆਪਾਂ ਨੂੰ 1 ਲੱਖ 8000 ਅੱਜ ਦਾ ਰੇਟ ਹੈ 1 ਲੱਖ 8000 ਰੁਪਏ ਉਹਦੇ ਨਾਲ ਵੀ ਪ੍ਰੈਸ ਫ੍ਰੀ ਮਿਲਨੀ ਹੈ ਜੋ ਇਹ ਵਾਲੀ 550 ਇਸ ਦਾ ਰੇਟ ਹੈ ਜੀ 1 ਲੱਖ 44500 ਰੁਪਏ ਇਹ ਵਾਲੇ ਸਾਰੇ ਕਲਿੱਪ ਵਗੈਰਾ ਨੇ ਜਿਹਦੇ ਨਾਲ ਕਿ ਆਪਾਂ ਫਰੇਮ ਨੂੰ ਦੇ ਉੱਪਰ ਫੈਬਰਿਕ ਨੂੰ ਟਾਈਟ ਕਰਨ ਦੇ ਲਈ ਲਗਾ ਲਗਾਵਾਂਗੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਸੂਟਾਂ ਵਾਲੀਆਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤਾਂ ਹੁਣ ਆਪਾਂ ਇੱਕ ਦੋ ਦਿਨ ਮਸ਼ੀਨ ਦੀਆਂ ਵੀਡੀਓਜ਼ ਜਾਂ ਜਦੋਂ ਵੀ ਆਪਾਂ ਲੈ ਕੇ ਆਉਨੇ ਆ ਤਾਂ ਇਹਨਾਂ ਨੂੰ ਵੀ ਤੁਸੀਂ ਪਿਆਰ ਦਿਓ ਕਿਉਂਕਿ ਤੁਹਾਡੇ ਸਭ ਦੇ ਸਾਥ ਦੇ ਨਾਲ ਹੀ ਆਪਾਂ ਜਿਹੇ ਮਸ਼ੀਨ ਲੈ ਕੇ ਆਏ ਆ ਤੁਸੀਂ ਇਹਨੂੰ ਆਪਣੇ ਏਰੀਏ ਦੇ ਵਿੱਚ ਕਿਤੋਂ ਵੀ ਖਰੀਦ ਸਕਦੇ ਹੋ ਤੁਸੀਂ ਨੇ ਕੀ ਕਰਨਾ ਇਹਨਾਂ ਦੀ ਉਸ਼ਾ ਦੀ ਸਾਈਟ ਤੇ ਜਾਣਾ ਹੈ ਉਹ ਤੁਹਾਡੇ ਨੇੜੇ ਦੇ ਜਿਹੜਾ ਵੀ ਤੁਹਾਨੂੰ ਨੇੜੇ ਏਰੀਆ ਪੈਂਦਾ ਉੱਥੇ ਦੇ ਸਾਰੇ ਕੰਟੈਕਟ ਆ ਜਾਂਦੇ ਆ ਪਟਿਆਲੇ ਤੋਂ ਵੀ ਪਰਚੇਸ ਕਰ ਸਕਦੇ ਹੋ ਬਠਿੰਡੇ ਤੋਂ ਵੀ ਪਰਚੇਸ ਕਰ ਸਕਦੇ ਹੋ ਬਟ ਸਾਨੂੰ ਪਟਿਆਲਾ ਨੇੜੇ ਪੈਂਦਾ ਸੀ ਤਾਂ ਅਸੀਂ ਮੋਹਾਲੀ ਗਏ ਕਿਉਂ ਕਿ ਅਸੀਂ ਹਰ ਥਾਂ ਤੇ ਟਰਾਈ ਕੀਤਾ ਸੀ ਕਾਲ ਕਰਕੇ ਸਾਨੂੰ ਥੋੜਾ ਰੇਟ ਦਾ ਵੀ ਫਰਕ ਸੀ ਬਾਕੀ ਡੀਲਰ ਕਿਉਂਕਿ ਅਸੀਂ ਪਹਿਲਾਂ ਹੀ ਕਹਤਾ ਸੀ ਵੀ ਡੀਲਰ ਦੇ ਥਰੂ ਨਹੀਂ ਲੈਣੀ ਤੁਸੀਂ ਵੀ ਜਿਹੜਾ ਵੀ ਕੋਈ ਲੈਣਾ ਚਾਹੁੰਦਾ ਹੈ ਤਾਂ ਤੁਸੀਂ ਜਦੋਂ ਵੀ ਮਸ਼ੀਨ ਲਓ ਤਾਂ ਤੁਸੀਂ ਇਹ ਚੀਜ਼ ਦੇਖਣੀ ਹੈ ਵੀ ਤੁਸੀਂ ਡਾਇਰੈਕਟ ਕਿਸੇ ਜੋ ਮਤਲਬ ਸੈਲਰ ਹੈ ਉਸ ਤੋਂ ਲਾਓ ਕਦੇ ਵੀ ਡੀਲਰ ਦੇ ਥਰੂ ਨਾ ਲਓ ਵੀਰੇ ਉਦੇ ਵਿੱਚ ਕੀ ਹੁੰਦਾ ਦੇਖੋ ਕਮਿਸ਼ਨ ਵਗੈਰਾ ਜੋ ਵੀ ਹੈਗਾ ਆਪਾਂ ਨੂੰ ਉਹਦੇ ਵਿੱਚ ਕਿਉਂਕਿ ਮੈਂ ਖੁਦ ਟਰਾਈ ਕੀਤਾ ਮੈਨੂੰ 4-5000 ਦਾ ਫਰਕ ਪੈ ਰਿਹਾ ਸੀ ਤਾਂ ਹੀ ਅਸੀਂ ਚੱਲ ਗਏ ਸਾਡੇ ਤੋਂ ਦੂਰ ਹੈ ਮੋਹਾਲੀ ਬਟ ਆਪਣੇ ਤੋਂ ਪਟਿਆਲਾ ਬਠਿੰਡਾ ਥੋੜਾ ਨੇੜੇ ਸੀ ਆਪਾਂ ਮੋਹਾਲੀ ਗਏ ਕਿਉਂਕਿ ਉੱਥੇ ਆਪਾਂ ਨੂੰ ਰੇਟ ਸਹੀ ਪਿਆ ਤੁਹਾਨੂੰ ਆਪਾਂ ਦੱਸ ਦਿੰਦੇ ਆ ਲਈ ਕਿਥੋਂ ਆ ਸ਼ਰਮਾ ਇਲੈਕਟ੍ਰੋਨਿਕਸ ਮੋਹਾਲੀ ਉਹਨਾਂ ਦਾ ਇੰਸਟਾ ਦੇ ਉੱਪਰ ਪੇਜ ਵੀ ਬਣਿਆ ਹੋਇਆ ਹੈ ਸ਼ਰਮਾ ਇਲੈਕਟ੍ਰੋਨਿਕਸ ਦੇ ਨਾਂ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਆਪਾਂ ਨੇ ਸ਼ੁਰੂ ਕੀਤਾ ਜੀ ਜਿਸ ਤਰ੍ਹਾਂ ਹਰ ਕੰਮ ਆਪਾਂ ਵਹਿਗੁਰੂ ਜੀ ਦੇ ਨਾਂ ਦੇ ਨਾਲ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਏਕ ਓਂਕਾਰ ਬਣਾਵਾਂਗੇ ਅਜੇ ਥੋੜਾ ਸਾਨੂੰ ਘੱਟ ਆਉਂਦਾ ਤਾਂ ਕਰਕੇ ਸ਼ਾਇਦ ਤੁਹਾਨੂੰ ਦਿਖ ਰਿਹਾ ਹੋਊਗਾ ਫੈਬਰਿਕ ਵੀ ਥੋੜਾ ਢਿੱਲਾ ਹੈ ਕੋਈ ਗੱਲ ਨਹੀਂ ਹੌਲੀ ਹੌਲੀ ਲੈ ਕੇ ਆਵਾਂਗੇ ਤੁਹਾਡੇ ਲਈ ਵੀਡੀਓ ਇੱਕਦਮ ਪਰਫੈਕਟ ਏਮਬੋਇਡਰੀ ਦੀ ਜਿਸ ਤਰ੍ਹਾਂ ਆਪਾਂ ਨੂੰ ਹੁੰਦਾ ਹੈ ਨਾ ਆਪਾਂ ਹਰ ਇੱਕ ਚੀਜ਼ ਪਹਿਲਾਂ ਵੀ ਪੇਰੈਂਟਸ ਨੂੰ ਦਿਖਾਈਏ ਚਾਹ ਹੁੰਦਾ ਅਸੀਂ ਵੀ ਸਭ ਤੋਂ ਪਹਿਲਾਂ ਏਕ ਓਂਕਾਰ ਬਣਾਉਣ ਲੱਗੇ ਤੇ ਪਾਪਾ ਨੂੰ ਵੀਡੀਓ ਕਾਲ ਕੀਤੀ ਕਿ ਪਾਪਾ ਜੀ ਆਪਾਂ ਸਭ ਤੋਂ ਪਹਿਲਾਂ ਤੁਹਾਡੇ ਲਈ ਰੁਮਾਲਾ ਸਾਹਿਬ ਦੀ ਉੱਪਰ ਏਕ ਓਂਕਾਰ ਦੀ ਏਮਬੋਇਡਰੀ ਕਰਨੀ ਆ ਤਾਂ ਡੈਡੀ ਵੀ ਬਹੁਤ ਖੁਸ਼ ਹੋਏ ਇਸ ਤਰ੍ਹਾਂ ਆਪਾਂ ਪਰਮਾਤਮਾ ਦੇ ਨਾਮ ਦੇ ਨਾਲ ਇਸ ਮਸ਼ੀਨ ਦੀ ਕੀਤੀ ਹੈ ਜੀ ਸ਼ੁਰੂਆਤ ਹੋਪ ਕੇ ਪਹਿਲਾਂ ਦੀ ਤਰ੍ਹਾਂ ਤੁਸੀਂ ਹੁਣ ਵੀ ਸਾਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋਗੇ ਓਕੇ ਜੀ ਨੈਕਸਟ ਟਾਈਮ ਮਿਲਦੇ ਆ ਹੋਰ ਵੀਡੀਓ ਲੈ ਕੇ